ਸਾਰਿਆਂ ਤੋਂ ਪਹਿਲੇ ਤਾਂ ਗੁਜ਼ਾਰਿਸ਼ ਇਹ ਤੁਸਾਂ ਸਾਰੇ ਭਾਈਆਂ ਬਜ਼ੁਰਗਾਂ ਅਜ਼ੀਜ਼ਾਂ ਨੂੰ ਕਿ ਜਿਹੜੇ ਵੇਲੇ ਕਹਿ ਕੋਲੋਂ ਕਈ ਸ਼ੇ ਮੰਗਣੀ ਹੋਵੇ ਤਾਂ ਹੱਥ ਇੰਝ ਕਰਨਾ ਪਾਉਂਦਾ ਹੈ। ਬੋਲੋ, ਯਾਨੀ ਬੰਦਾ ਬੰਦੇ ਕੋਲ ਹੀ ਕੋਈ ਸ਼ੈ ਮੰਗੇ ਤਾਂ ਹੱਥ ਆਖੋ ਕਿ ਤੁਸੀਂ ਇੰਝ ਕਰ ਖੜਾਉਂਦੇ ਹੋ, ਇਹ ਆਖਦੇ ਉਹਨੇ ਯਾਰ ਮਿਹਰਬਾਨੀ ਕਰ ਕਿ ਨਹੀਂ ਵੇ ਆਖਦੇ। ਅਤੇ ਜੇ ਅੱਲਾਹ ਦੇ 14 ਕੋਲੋਂ ਮੰਗੋ ਤਾਂ ਬਸ ਬੰਦਾ ਇਹ ਕਰ ਪਾ। ਹੁਣ ਹੈਦਰਾਬਾਦ ਵਾਲਾ ਕੋ ਮੈਂ ਇਹ ਗੱਲ ਹੀ ਸਮਝਾਵਾਂ ਤਾਂ ਮੇਰੇ ਕੋ ਆਪ ਕੋ ਸ਼ਰਮ ਪਈ ਆਉਂਦੀ। ਮੈਂ ਅੱਲਾਹ ਦੇ 14 ਦੇ ਦਰਬਾਰ ਦੁਆ ਮੰਗਦਾ ਬੈਠਾ, ਮੈਂ ਕਈ ਕੀਤੀ ਬੈਠੇ, ਭਾਵੇਂ ਤਾਂ ਉਹ ਮੁਹਤਾਜ ਨਹੀਂ ਜਾਂ ਭਾਵੇਂ ਉਹਨਾਂ ਕੋਲ ਅੱਲਾਹ ਅਤੇ ਆਲੇ ਮੁਹੰਮਦ ਕੋਲੋਂ ਮੰਗਣ ਦੀ ਕੋਈ ਖਾਹਿਸ਼ ਨਹੀਂ। ਬਾਬਾ ਅਸਾਂ ਅੱਲਾਹ ਔਰ 14 ਦੇ ਮੁਹਤਾਜ ਹੈ ਅਤੇ ਅੱਲਾਹ ਅਤੇ 14 ਦੇ ਦਰਬਾਰ ਵਿੱਚ ਇੰਝ ਹੱਥ ਫੈਲਾਏ ਇੰਝ, ਅਤੇ ਮਾਸੂਮੀਨ ਨੇ ਵੀ ਜਿਹੜਾ ਦੁਆ ਮੰਗਣ ਦਾ ਤਰੀਕਾ ਦੱਸਾਇਆ ਉਹ ਇਵੇਂ ਦੱਸਾਇਆ, ਬਲਕਿ ਬਿਹਤਰ ਇਹ ਹੁਕਮ ਹੈ ਮੌਲਾ ਦਾ। ਕੌਣ ਤੋਂ ਕੋਈ ਗੱਲ ਨਹੀਂ ਦੱਸੇ ਸੀ, ਮੌਲਾ ਦਾ ਹੁਕਮ ਹੈ ਵੀ ਜਿਹੜੇ ਦੁਆ ਮੰਗੋ ਭਾਵੇਂ ਨਮਾਜ਼ ਵਿੱਚ ਦੁਆ ਜਿਹੜੀ ਮੰਗਦੇ ਹੋ ਦੂਜੀ ਰਕਤ ਵਿੱਚ ਤਾਂ ਮੂੰਹ ਦੇ ਬਰਾਬਰ ਹੱਥ ਹੋਵੇ ਨੇ ਇਹ ਨਹੀਂ, ਤਾਂ ਕਿ ਅੱਲਾਹ ਦੀ ਜ਼ਾਤ ਕੋ ਰਹਿਮ ਆਵੇ ਵੀ ਇਹ ਬੰਦਾ ਵਾਕਿਆ ਮੇਰੇ ਕੋਲ ਕੋਈ ਸ਼ੈ ਮੰਗਣਾ ਚਾਹੁੰਦਾ। ਅੱਲਾਹ ਦੇ ਹੁਕਮ ਤੋਂ ਬਗੈਰ ਆਪਣੀ ਜ਼ਬਾਨ ਪਾਕ ਨੂੰ ਹਰਕਤ ਨਾ ਦੇਵਣ ਵਾਲਾ ਰਸੂਲ ਇਰਸ਼ਾਦ ਪਿਆ ਫਰਮਾਇਦਾ, ਦੁਨੀਆ ਵਾਲਿਆਂ ਗੌਰ ਨਾਲ ਸੁਣੋ, ਮੈਡਾ ਭਰਾ ਅਲੀ ਅੱਲਾਹ ਦੇ ਤਮਾਮ ਅਜਾਇਬਾਤ ਮੁਜ਼ਾਹਿਰ ਕਰਨ ਵਾਲਾ ਹੈ। ਗੌਰ ਹੈ, ਮੇਰਾ ਭਰਾ ਅਲੀ ਮਜ਼ਹਰ ਅਜਾਇਬਾਤ ਖੁਦਾ ਹੈ, ਖੁਦਾ ਨਹੀਂ ਮਤਲਬ ਫਤਵਾ ਲਾ ਦਿਓ, ਖੁਦਾ ਨਹੀਂ, ਖੁਦਾ ਉਹ ਹੈ ਜੈ ਅਲੀ ਕੋ ਅਲੀ ਬਣਾਇਆ। ਅੱਲਾਹ ਦੇ ਅਜਾਇਬਾਤ ਦਾ ਮਜ਼ਹਰ ਅਜਾਇਬਾਤ ਦਾ ਮਜ਼ਹਰ ਉਹ ਹੁੰਦਾ ਹੈ, ਆਖਾਂ ਜੁਮਲਾ ਹੁਜਤ ਖੁਦਾ ਉਹ ਹੁੰਦਾ ਹੈ, ਅਜਾਇਬਾਤ ਦਾ ਮਜ਼ਹਰ ਉਹ ਹੁੰਦਾ ਹੈ ਜੇ ਕੋ ਦੇਖ ਕੇ ਲੋਕਾਂ ਕੋ ਖੁਦਾ ਯਾਦ ਆਵੇ। ਮੁਖਤਸਰ ਜੈ ਟਾਈਮ ਵਿੱਚ ਪਹਿਲੇ ਮੈਂ ਤੁਹਾਨੂੰ ਅਜੀਬ ਦਾ ਮਾਨਾ ਦੱਸਾਂ ਕਿੰਨਾ ਅਜੀਬ। ਤਮਾਮ ਸ਼ੀਆ ਸੁੰਨੀ ਉਲਮਾ ਦੇ ਨਜ਼ਦੀਕ ਅਜੀਬ ਦਾ ਮਾਨਾ ਅਲ ਅਜੀਬ ਓ ਮਾ, ਅਜੀਬ ਹਰ ਉਸ ਹਕੀਕਤ ਦਾ ਨਾਮ ਹੈ ਜਿਹੜੀ ਤੁਹਾਡੇ ਮੇਰੇ ਜ਼ਿਹਨ 'ਚ ਨਾ ਆ ਸਕੇ। ਹਾਲੇ ਸਿਰ ਹਿਲਾਉਣ ਦਾ ਟਾਈਮ ਨਹੀਂ, ਹਾਲੇ ਨਿੱਕੀ ਜਿਹੜੀ ਜ਼ਬਾਨ ਹਿਲਾਉਣ ਦਾ ਟਾਈਮ, ਸਿਰ ਤੁਸੀਂ ਹਿਲਾਉਣਾ 2 ਵਜੇ ਤੋਂ ਬਾਅਦ, ਹਾਲੇ ਸਾਰਾ ਆਖਣਾ ਸੁਭਾਨ ਅੱਲਾਹ, ਆਖੋ ਸੁਭਾਨ ਅੱਲਾਹ। ਅਜੀਬ ਹਰ ਉਸ ਹਕੀਕਤ ਦਾ ਨਾਮ ਹੈ ਜੈ ਕੋ ਜਿਹੜੀ ਤੁਹਾਡੇ ਮੇਰੇ ਜ਼ਿਹਨ 'ਚ ਨਾ ਆਵੇ। ਹੇ ਹਕੀਕਤ, ਮਸਲ ਮੈਂ ਇੱਕ ਵਾਕਿਆ ਅੱਖੀ ਨਾਲ ਦੇਖ ਆਇਆ ਅਤੇ ਮੈਂ ਤੁਹਾਡੇ ਸਾਹਮਣੇ ਉਹ ਵਾਕਿਆ ਬਿਆਨ ਕੀਤਾ ਹੈ, ਅਗਰ ਤੁਹਾਡੇ ਜ਼ਿਹਨ 'ਚ ਉਹ ਵਾਕਿਆ ਉਹ ਹਕੀਕਤ ਆ ਗਈ ਹੈ ਤਾਂ ਤੁਸੀਂ ਆਖੇ ਬਿਸਮਿਲ੍ਲਾ, ਅਗਰ ਉਹ ਵਾਕਿਆ ਉਹ ਹਕੀਕਤ ਤੁਹਾਡੇ ਜ਼ਿਹਨ 'ਚ ਨਹੀਂ ਪਈ ਆਉਂਦੀ ਤੁਸੀਂ ਆਖੇ ਬੜੀ ਅਜੀਬ ਗੱਲ।
ਇਵੇਂ ਹੁਣ ਮੈਂ ਮਾਨਾ ਕਰਾਂ, ਹਰ ਜ਼ਿਹਨ 'ਚ ਗੱਲ ਆਵੇ, ਗੌਰ ਕਰਾਏ। ਚੰਨ 'ਤੇ ਪਹੁੰਚ ਵੰਜਣਾ ਅਜੀਬ ਨਹੀਂ, ਚੰਨ 'ਤੇ ਬਹੁਤ ਤਜ਼ੀਮ ਜੁਮਲਾ। ਵੱਧ ਤੁਹਾਨੂੰ ਕੋਈ ਮੇਰੀ ਤਕਰੀਰ ਯਾਦ ਕਰਕੇ ਉਰਦੂ ਵਿੱਚ ਸੁਣਵੇ ਸੀ, ਚੰਨ 'ਤੇ ਪਹੁੰਚ ਵੰਜਣਾ ਕੁਰਾਨ ਪਿਆਦ ਹੈ ਕਿ ਮੈਂ ਅੱਲਾਹ ਨੇ ਸ਼ਮਸੋ ਕਮਰ ਸਿਤਾਰ ਗਾਨ ਸਿਆਰ ਗਾਨ ਨੂੰ ਇਨਸਾਨ ਦੇ ਤਾਬੇ ਕਰ ਛੋੜੇ, ਮੁਸੱਖਰ ਕਰ ਛੋੜੇ। ਪਹੁੰਚਣ ਵਾਲੇ ਗਏ ਵੀ ਹਨ, ਹੁਣ ਮਰੀਖ 'ਤੇ ਵੰਜਣ ਦੀ ਤਿਆਰੀ 'ਚ ਹਨ। ਚੰਨ 'ਤੇ ਪਹੁੰਚ ਵੰਜਣਾ, ਜਵਾਨ ਗੌਰ ਕਰੇ ਸਨ ਬਜ਼ੁਰਗ ਵੀ, ਚੰਨ 'ਤੇ ਪਹੁੰਚ ਵੰਜਣਾ ਅਜੀਬ ਨਹੀਂ, ਅਲਬੱਤਾ ਅਲਬੱਤਾ ਜ਼ਮੀਨ 'ਤੇ ਖੜੋ ਕੇ ਅੰਗੁਸ਼ਤੇ ਸ਼ਹਾਦਤ ਦੇ ਇਸ਼ਾਰੇ ਨਾਲ ਚੰਨ ਨੂੰ ਦੋ ਟੁਕੜੇ ਕਰ ਦੇਵਣਾ, ਇਹ ਅਜੀਬ ਬਾਤ ਹੈ। ਅਜੀਬ ਦਾ ਮਾਨਾ ਜ਼ਹਿਨ 'ਚ ਆਏ, ਸ਼ੁਕਰ ਹੈ ਸ਼ੁਕਰ। ਇੱਕ ਡੂਬ ਬੰਦੇ ਰਹਿ ਗਏ, ਲੱਗ ਰਹੇ ਸੀ ਉਹਨਾਂ ਦੇ ਜ਼ਹਿਨ 'ਚ ਹੀ ਆ ਗਏ ਸੀ। ਚੰਨ 'ਤੇ ਪਹੁੰਚਣਾ ਅਜੀਬ ਨਹੀਂ, ਜ਼ਮੀਨ 'ਤੇ ਖੜੋ ਕੇ ਇੰਜ ਇਸ਼ਾਰੇ ਨਾਲ ਚੰਨ ਨੂੰ ਦੋ ਹਿੱਸੇ ਕਰ ਦੇਵਣਾ, ਚੰਨ ਨੂੰ ਦੋ ਟੁਕੜੇ ਕਰ ਦੇਵਣਾ, ਇਹ ਅਜੀਬ ਬਾਤ। ਇੱਕ ਮਾਨਾ ਵੀ ਆ ਕਰੂੰ, ਚਲੋ ਅਲਹਮਦੁਲਿਲਾ ਤੁਹਾਡੇ ਜ਼ਹਿਨ 'ਚ 95% ਗੱਲ ਆ ਗਈ ਹੈ, ਬਤਾ ਵਜੇ ਮੇਰਾ 8 ਵਜੇ ਹੈਦਰਾਬਾਦ ਖੜੋ ਕੇ ਪੜ੍ਹਨਾ ਅਜੀਬ ਨਹੀਂ, ਸੁਣਾਏ ਬਾਈ ਅਜੀਬ ਪੜ੍ਹਦਾ ਖਣਾ। ਮਿਸਾਲ ਹੈ, 10-11 ਵਜੇ ਜੰਗ ਪੜ੍ਹਨਾ, ਬੋਲੋ ਅਜੀਬ ਨਹੀਂ। 1 ਵਜੇ ਫੈਸਲਾਬਾਦ ਪੜ੍ਹਨਾ, ਅਜੀਬ ਨਹੀਂ। ਸ਼ਾਮੀ 5 ਵਜੇ ਲਾਹੌਰ ਪੜ੍ਹਨਾ, ਅਜੀਬ। ਮਗਰਬੈਨ ਤੋਂ ਬਾਅਦ ਕਰਾਚੀ ਪੜ੍ਹਨਾ, ਹਵਾਈ ਜਹਾਜ਼ 'ਤੇ ਲਾਹੌਰ 'ਚ ਗਏ ਸਨ, ਘੰਟੇ ਦਾ ਸਾਰਾ ਸਫ਼ਰ ਹੈ, ਅਜੀਬ ਨਹੀਂ। ਕਿਹੜਾ ਬੰਦੇ ਦੇ ਮੂੰਹ 'ਚੋਂ ਯਾ ਆਈਡੀ ਨਾ ਨਿਕਲ ਸੀ, ਹਰ ਕੋਈ ਅਸੀਂ ਘੰਟਾ ਉੱਥਾਂ ਘੰਟਾ ਉੱਥਾਂ, ਬਸ ਸਫ਼ਰ ਵੱਧ ਘੰਟਾ ਇੰਨੇ, ਠੀਕ ਹੈ ਨਾ। ਅਜੀਬ ਅਲਬੱਤਾ 8 ਵਜੇ ਹੈਦਰਾਬਾਦ ਵਾਲੇ ਆਖੇ ਨਾ ਵਾ ਸਾਹਿਬ ਇੱਥਾਂ ਪੜ੍ਹੇ, ਜੰਗ ਵਾਲੇ ਆਖੇ ਨਾ 8 ਵਜੇ ਇੱਥਾਂ ਪੜ੍ਹੇ, ਫੈਸਲਾਬਾਦ ਵਾਲੇ ਆਖੇ ਨਾ 8 ਵਜੇ ਇੱਥਾਂ ਪੜ੍ਹੇ, ਲਾਹੌਰ ਵਾਲੇ ਆਖੇ ਨਾ 8 ਵਜੇ ਇੱਥਾਂ ਪੜ੍ਹੇ, ਕਰਾਚੀ ਵਾਲੇ ਆਖੇ ਨਾ 8 ਵਜੇ ਇੱਥਾਂ ਪੜ੍ਹੇ, ਜਾਗਣਾ ਪਿੰਡੀ ਇਸਲਾਮਾਬਾਦ ਵਾਲੇ ਆਖੇ ਨਾ 8 ਵਜੇ ਇੱਥੇ ਪੜ੍ਹਾਂਗੇ, ਇਹ ਅਜੀਬ ਗੱਲ ਹੈ। ਹੁਣ ਮੈਂ ਹਰ ਚਿਹਰਾ ਪੜ੍ਹਨਾ, ਮੌਲਾ ਅਲੀ ਦਾ ਕਹਿ ਹਿਕ ਮਰਨ ਵਾਲੇ ਦੇ ਸਿਰਾਂ ਦੀ ਆਵਣਾ ਅਜੀਬ ਨਹੀਂ, ਸਾਰੇ ਮੌਲਾ ਅਲੀ ਦਾ ਕਹਿ ਹਿਕ ਮਰਨ ਵਾਲੇ ਦੇ ਸਿਰਾਂ ਦੀ ਆਵਣਾ ਅਜੀਬ ਨਹੀਂ। ਹਰ ਮਰਨ ਵਾਲਾ ਮਸ਼ਰਕ ਮਗਰਬ ਸ਼ਿਮਾਲ ਜਨੂਬ ਵਿੱਚ ਦੇਖੇ, ਅਲੀ ਮੇਰੇ ਕੋਲੇ, ਅਲੀ ਮੇਰੇ ਕੋਲੇ, ਅਲੀ ਮੇਰੇ ਕੋਲੇ, ਬਾਤ ਹੈ। ਇੱਕ ਮਾਨਾ ਵੀ ਆ ਕਰੋ, ਚਾ ਤੁਹਾਡੀ ਇਜਾਜ਼ਤ ਹੋਵੇ ਤਾਂ ਤੁਸੀਂ ਦੁਆ ਕਰੇ ਸੋਨਾ, ਮੈਂ ਜਿਹੜੇ ਹੀ ਆਸਾਂ ਕੋਈ ਨਾ ਕੋਈ ਜੁਮਲਾ ਇਨਸਾਨ ਦਾ ਮੈਂ ਤੁਹਾਨੂੰ ਡੇ ਕੇ ਬੈਸਾ, ਇੰਜ ਨਹੀਂ ਬੰਦਾ ਲਕੀਰ ਦਾ ਫਕੀਰ ਹੋਵੇ, ਕੁਤਬ ਫੜੀਆਂ ਪਈਆਂ ਕੁਤਬ, ਥੋੜ੍ਹਾ ਜਿਹਾ ਬੰਦਾ ਮੁਤਾਲਾ ਕਰ ਸਕਦਾ ਹੋਵੇ, ਰੱਟੀ ਰਟਾਈ 'ਤੇ ਨਾ ਵੱਧਦਾ ਹੋਵੇ। ਇੱਕ ਮਾਨਾ ਵੀ ਆ ਕਰੂੰ ਅਜੀਬ ਦਾ, ਕਿਸੇ ਦਰਿੰਦਾ ਸਿਫਤ ਹੈਵਾਨ ਨੂੰ ਤਾਬੇ ਕਰ ਗਿਣਨਾ, ਇਹ ਅਜੀਬ ਨਹੀਂ। ਰੀਛੇ ਭਾਈ ਨੱਪੀ ਵਧਣੇ, ਫਕੀਰ ਨੱਪੀ ਨਹੀਂ ਵਧੇ, ਹਾਲਾਂਕਿ ਜੰਗਲ 'ਚ ਵੰਜੇ ਬੰਦਾ ਤਾਂ ਛੁੜੇਂਦਾ, ਬੋਲੋ ਤਾਬੇ ਸ਼ੇਰ
ਡੱਪੀ ਵਧਣ, ਚਿੜੀਆ ਘਰਾਂ ਵਿੱਚ ਹਨ, ਚੀਤਾ ਹੈ। ਕਿਸੇ ਦਰਿੰਦਾ ਸਿਫਤ ਹੈਵਾਨ ਨੂੰ ਤਾਬੇ ਕਰ ਗਿਣਨਾ, ਆਪਣਾ ਬਣਾ ਗਿਣਨਾ, ਇਹ ਅਜੀਬ ਨਹੀਂ। ਜਿਹੜੀ ਪਿਛਲੀ ਤਾਰੀਖ ਹੈ ਨਾ, 800-900 ਸਾਲ, 1000 ਸਾਲ ਪੁਰਾਣੀ, ਜਿੱਦਾਂ ਬਾਦਸ਼ਾਹ ਹੁੰਦੇ ਹਨ, ਉਹ ਜਿਹੜਾ ਸ਼ੇਰ ਆਉਂਦੇ ਹਨ ਨਾ, ਜਿੱਥੇ ਸ਼ੇਰ, ਉਹਨਾਂ ਸ਼ੇਰਾਂ ਨੂੰ ਖਾਵਣ ਪੀਵਣ, ਗੋਸ਼ਤ ਵਗੈਰਾ ਪਾਵਣ ਵਾਲਾ ਸੈਯਦ ਹੁੰਦਾ ਹੈ। ਇਹ ਤਾਰੀਖ ਹੈ, ਇਹ ਬੜਾ ਇਹਦੇ 'ਚ ਨੁਕਤਾ ਹੈ ਅਗਰ ਸਮਝ ਵਜੋ ਤਾਂ। ਹਸਬੀ ਨਸਬੀ ਅਸਲੀ ਨਸਲੀ, ਸੈਯਦ ਬਾਦਸ਼ਾਹ ਬੁਲੇਂਦੇ ਹਨ, ਸੈਯਦ ਬਾਣੀ ਤਾਂ ਬਹੁ ਗਏ ਜੀ, ਸੈਯਦ ਗੁਲੇਂਦੇ ਹਨ, ਅਤੇ ਉਹ ਸੈਯਦ ਦੀ ਡਿਊਟੀ ਹੁੰਦੀ ਹੈ ਫਕਤ ਸ਼ੇਰਾਂ ਦੇ, ਅਤੇ ਇਹਨਾਂ ਨੂੰ ਖਵਾਉਣਾ ਹੀ ਤੁਸੀਂ, ਪਿਲਾਉਣਾ ਹੀ ਤੁਸੀਂ, ਗੋਸ਼ਤ ਹੀ ਤੁਸੀਂ ਮੰਨ ਕੇ ਛੱਡਣਾ। ਕਿਉਂ? ਕਿਉਂਕਿ ਰਸੂਲ ਅਤੇ ਮੌਲਾ ਅਲੀ ਦਾ ਫਰਮਾਨ ਸੁਣੀ ਅਤੇ ਪੜ੍ਹੀ ਵੱਧਦੇ ਹਨ, ਜੋ ਮੇਰੇ ਖੂਨ ਅਤੇ ਮੇਰੀ ਨਸਲ ਨੂੰ ਸ਼ੇਰ ਕੁਝ ਨਹੀਂ ਆ। ਤੁਸੀਂ ਕਿਉਂ ਚੁੱਪ ਕਰ ਗਏ? ਸਾਰੇ ਬੋਲੋ, ਗੌਰ ਹੈ। ਕਿਸੇ ਦਰਿੰਦਾ ਸਿਫਤ ਹੈਵਾਨ ਕੋ ਤਾਬੇ ਕਰ ਗਿਣਨਾ, ਇਹ ਅਜੀਬ ਨਹੀਂ। ਹੁਣ ਤੁਹਾਡੇ ਜ਼ਹਿਨ ਦੇ ਬੋਲਣ ਦੀ ਦੇਖਣੀ, ਅਲਬੱਤਾ ਦੀਵਾਰ ਦੇ ਉੱਤੇ ਜਾਂ ਕੱਪੜੇ ਦੇ ਉੱਤੇ ਸ਼ੇਰ ਦੀ ਤਸਵੀਰ ਧਾਗਿਆਂ ਨਾਲ ਬਣੀ ਹੋਈ ਹੋਵੇ, ਇਸ਼ਾਰੇ ਨਾਲ ਧਾਗਿਆਂ ਵਾਲੇ ਸ਼ੇਰ ਨੂੰ ਅਸਲੀ ਸ਼ੇਰ ਬਣਾ ਦੇਵਣਾ, ਇਹ ਅਜੀਬ ਬਾਤ ਹੈ। ਇਹ ਮੈਂ ਤੁਹਾਡੇ ਜ਼ਹਿਨ ਤੇ ਕਿਉਂ ਖੇਨਾ ਆ? ਕਿਉਂਕਿ ਕੱਲ ਦਾ ਦਿਨ ਜਿਹੜਾ ਗੁਜ਼ਰਿਆ ਨਾ, 11 ਜ਼ਿਕਾਤ, ਇਹ ਮੌਲਾ ਇਮਾਮ ਰਜ਼ਾ ਦੇ ਜ਼ਹੂਰ ਦਾ ਦਿਨ ਹੈ। ਸ਼ੀਆ ਖੁਸ਼ ਸੀ, ਉਹ ਸ਼ੀਆ ਜਿਨ੍ਹਾਂ ਦੇ ਜੰਮਦੇ ਨੇ ਉਹ ਖੁਸ਼ ਨਾ ਥੀ ਮੈਨ, ਜਿਨ੍ਹਾਂ ਦੇ ਜ਼ਹੂਰ ਕਰੇਂਦੇ ਨੇ ਉਹ ਖੁਸ਼ ਥੀ ਮੈਨ। ਮੌਲਾ ਦੇ ਜ਼ਹੂਰ ਦਾ ਦਿਨ ਹੈ। ਮਾਮੂਨ ਰਸ਼ੀਦ ਨੇ ਤੁਹਾਡੇ ਅਤੇ ਮੇਰੇ ਇਮਾਮ ਦੀ ਦਾਵਤ ਕੀਤੀ ਹੈ, ਇਮਾਮ ਰਜ਼ਾ ਦੀ। ਕਹਿ ਮਾਮੂਨ ਰਸ਼ੀਦ ਬਹੁਤ ਬੜੇ ਹਾਲ ਕਮਰੇ ਵਿੱਚ ਖਾਣਾ ਲਵਾਇਆ ਸੀ, ਸ਼ਾਹੀ ਦਸਤਰ ਖਾਨ, ਕਿਸਮੋ ਕਿਸਮ ਦੇ ਖਾਣੇ। ਇਹ ਮੇਰਾ ਇਮਾਮ ਬੈਠਾ ਹੈ, ਨਾਲ ਮਾਮੂਨ ਬੈਠਾ ਹੈ, ਨਾਲ ਆਮਿਲੀਨ ਹਕੂਮਤ ਰੋਸਾ ਬੈਠੇ ਨੇ। ਤ੍ਰੈ ਜਾਦੂਗਰ ਮੰਗਵਾਏ ਨੇ, ਓਏ ਜਾਦੂਗਰ ਹੁੰਦੇ ਹੀ ਤ੍ਰੈ ਹੈ। ਸਾਰੇ ਉਹਨਾਂ ਕੋਲ ਸਬਕ ਪੜ੍ਹਾਏ ਸੀ, ਪੱਟੀ ਪੜ੍ਹਾਈ ਸੀ, ਵੀ ਜਿਹੜੇ ਇਮਾਮ ਅਲੈਹਿ ਸਲਾਮ ਖਾਣਾ ਖਾਵਣ ਲੱਗੇ, ਲਫ਼ਜ਼ ਬਲਫ਼ਜ਼ ਪੜ੍ਹ ਰਿਹਾ, ਉਸ ਵੇਲੇ ਤੁਸੀਂ ਜਾਦੂ ਕਰਾਏ, ਖਾਣਾ ਥੀ ਵੇ ਸੀ ਗਾਇਬ। ਮੈਂ ਸ਼ੀਆਂ ਕੋ ਆਖਾਂ, ਯੋ ਇਮਾਮ ਹੈ, ਇਹ ਪਲਾਨ ਆਈ, ਤ੍ਰੈ ਜਾਦੂਗਰ ਬੈਠੇ, ਇਹਨੂੰ ਮੇਰਾ ਇਮਾਮ ਹੈ, ਦਰਮਿਆਨ 'ਚ ਖਾਣਾ, ਇਹਨੂੰ ਬਾਦਸ਼ਾਹ ਹੈ, ਬਾਕੀ ਰੋ ਆਸਾ ਆਮਿਲੀਨ ਹਕੂਮਤ ਅਰਾਕੀਨ ਹਕੂਮਤ ਬੈਠੇ। ਜੁਮਲਾ ਸੁਣਨਾ, ਦੋ ਰਵਾਇਤਾਂ ਨੇ ਕੁਤਬ ਵਿੱਚ, ਇੱਕ ਰਵਾਇਤ ਹੈ ਕਿ ਮੌਲਾ ਨੇ ਇਹ ਹੱਥ ਵਧਾਇਆ, ਇਹਨਾਂ ਜਾਦੂ ਕੀਤਾ, ਖਾਣਾ ਗਾਇਬ ਹੋ ਗਿਆ। ਇੱਕ ਰਵਾਇਤ ਹੈ ਮੌਲਾ ਨੇ ਲੁਕਮਾ ਤਰੋੜ ਕੇ ਹੱਥੇ ਕੀਤਾ, ਮੂੰਹ 'ਚ ਪਾਵਾਂ, ਇਹਨਾਂ ਜਾਦੂ ਕੀਤਾ, ਉਹ ਲੁਕਮਾ ਮੌਲਾ ਦੇ ਹੱਥੋਂ ਗਾਇਬ ਹੋ ਗਿਆ। ਮੈਂ ਹਕੀਰ ਫਕੀਰ, ਮੈਂ ਕੰਮ ਇਲਮ, ਪਹਿਲੀ ਰਵਾਇਤ ਨਾਲ ਮੁਤਫਿਕ ਹਾਂ, ਦੂਜੀ ਨਾਲ ਨਹੀਂ। ਤੁਸੀਂ ਆਖੋ ਕਿਉਂ? ਕਿਉਂਕਿ ਅੱਲਾਹ ਦਾ ਫੈਸਲਾ ਹੈ, ਅੱਲਾਹ ਦਾ ਕਾਨੂੰਨ ਹੈ,
ਇਹਨਾਂ 14 ਹਸਤੀਆਂ ਦੇ ਵਿੱਚੋਂ ਜਿਸ ਹਸਤੀ ਦੇ ਹੱਥ ਵਿੱਚ ਕਾਇਨਾਤ ਦੀ ਕੋਈ ਸ਼ੈ ਆ ਵਜੇ, ਕੋਈ ਤਾਕਤਵਰ ਬੰਦਾ ਇਮਾਮ ਦੇ ਹੱਥੋਂ ਉਹ ਸ਼ੈ ਗਿਣ ਨਹੀਂ ਸਕਦਾ। ਤੁਸਾਂ ਸੁਹਾਗਾ ਸਾਹਿਬ, ਜਿਹੜੇ ਖਾਣੇ ਤੋਂ ਮੌਲਾ ਹੱਥ ਵਧੇਂਦੇ ਹਨ ਉਹ ਵੀ ਗਾਇਬ ਨਥੀ ਵਿਆ, ਨਹੀਂ ਉਹ ਥੀ ਵਿਆ। ਅਗਰ ਨਥੀ ਦਾ ਤਾਂ ਇਮਾਮ ਆਪਣੀ ਇਮਾਮਤ ਵਾਲੀ ਤਾਕਤ ਕਿਵੇਂ ਦੇਖਣਾ ਵੈ? ਉਹ ਕੋ ਗਾਇਬ ਹੋਣਾ ਚਾਹੀਦਾ ਜੀ। ਮੌਲਾ ਨੇ ਹੱਥ ਵਧਾਏ, ਉਹਨਾਂ ਜਾਦੂ ਕੀਤਾ ਖਾਣਾ ਗਾਇਬ, ਵੱਧ ਹੱਥ ਵਧਾਇਆ ਨੇ, ਜੁਮਲਾ ਸੁਣੇ ਖਾਣਾ ਗਾਇਬ। ਜਿਹੜੇ ਤੀਜੀ ਦਫ਼ਾ ਹੱਥ ਵਧਾਇਆ ਨੇ ਅਤੇ ਖਾਣਾ ਗਾਇਬ ਹੋਇਆ, ਉਹ ਵੇਲੇ ਮਾਮੂਨ ਹੱਸਿਆ, ਖੁਸ਼ਾਮਦੀ ਹੱਸਣ, ਓਏ ਵੱਡੇ ਲੋਕਾਂ ਕੋਲ ਖੁਸ਼ਾਮਦੀ ਆਉਂਦੇ ਨੇ ਨਾ, ਵੀ ਸਰਦਾਰ ਜੋ ਖਿਲਦਾ ਪੀ ਹੈ, ਭਾਵੇਂ ਪਤਾ ਹੋਵੇ ਅਤੇ ਭਾਵੇਂ ਨਹੀਂ, ਵੀ ਗਾਲ ਖਿਲਣ ਦੀ ਹਾਈ ਕਿ ਨਹੀਂ, ਉਹਨਾਂ ਸਰਦਾਰ ਕੋ ਖੁਸ਼ ਕਰਨਾ, ਉਹ ਇਹ ਖਿਲਣ ਲੱਗ ਪਏ, ਉਹ ਸਹੁਰੇ ਹੱਸਣ ਲੱਗ। ਸੁਬਹਾਨ ਅੱਲਾਹ, ਇਮਾਮ ਅਲੈ ਸਲਾਮ ਡਿੱਠਾ ਇਹ ਹੱਸਦੇ ਪੈਣ। ਜੁਮਲਾ ਆਖਾਂ ਹਰ ਮੂੰਹ 'ਚੋਂ, ਅਲੀ ਉਨ ਵਲੀ ਉੱਲਾ ਪੜ੍ਹਨ ਵਾਲੇ ਦੇ ਮੂੰਹ 'ਚੋਂ ਸੁਬਹਾਨ ਅੱਲਾਹ ਨਿਕਲ ਸੀ। ਮਿੰਬਰ ਪਾਪ ਦੀ ਕਸਮ, ਜਿਹੜੇ ਬਾਦਸ਼ਾਹ ਅਤੇ ਉਹਦੇ ਖੁਸ਼ਾਮਦੀ ਹੱਸਣ, ਉਸ ਵੇਲੇ ਅੱਲਾਹ ਦੇ ਜਲਾਲ ਕੋ ਜਲਾਲ ਆਇਆ। ਮੇਰੇ ਇਮਾਮ ਨੇ ਕਮਰੇ ਦੀਆਂ ਚਾਰੇ ਦੀਵਾਰਾਂ ਸਾਹਮਣੇ, ਸੱਜੇ ਖੱਬੇ ਪਿੱਛਾਂ, ਮੇਰੇ ਮੌਲਾ ਕੋਲ ਇਹ ਇਤਨਾ ਸਾਰਾ ਟੁਕੜਾ ਕਾਲੀਨ ਦਾ ਇਵੇਂ ਲਟਕਾ ਹੋਇਆ ਨਜ਼ਰ ਆਇਆ। ਉਸ ਟੁਕੜੇ ਦੇ ਉੱਤੇ ਸ਼ੇਰ ਦਾ, ਰੇਸ਼ਮੀ ਧਾਗਿਆਂ ਦਾ ਬਣਾ ਹੋਇਆ ਸ਼ੇਰ, ਇਹ ਜਿਵੇਂ ਹੁੰਦੇ ਨਾ ਉੱਤੇ ਤਸਵੀਰ ਬਣੀ ਹੋਈ, ਉਹ ਮੇਰੇ ਮੌਲਾ ਕੋ ਨਜ਼ਰ ਆਈ। ਸ਼ੇਰ ਦੀ ਕੰਡੀਸ਼ਨ ਕਿਹੇ ਈ ਮਜਮੇ 'ਚ ਮੇਰੀ ਗੱਲ ਜ਼ਾਇ ਨਹੀਂ ਸੀ। ਸ਼ੇਰ ਨੇ ਮੂੰਹ ਖੋਲਾ ਹੋਏ, ਅਗਲੇ ਪੰਜੇ ਜ਼ਮੀਨ ਤੋਂ ਚਾਹੇ ਹੋਣ, ਪਿਛਲੇ ਪੰਜਾਂ ਦੇ ਉੱਤੇ ਬੈਠਾ, ਗੋਇਆ ਕਿ ਸ਼ੇਰ ਸ਼ਿਕਾਰ ਦੀ ਇੰਤਜ਼ਾਰ 'ਚ, ਮਗਰ ਕੈਂ ਓਲਿਲ ਆਮਰ ਦੇ ਆਮਰ ਦਾ ਮੋਹਤਾਜ ਹੈ। ਇੱਕ ਦਫ਼ਾ ਮੇਰੇ ਇਮਾਮ ਡਿੱਠਾ, ਇੱਕ ਦਫ਼ਾ ਦੇਖ ਕੇ ਨਾ ਮੇਰੇ ਮੌਲਾ ਨੇ ਸੱਜਾ ਹੱਥ ਵਧਾਇਆ, ਪਰ ਡਿੱਠਾ ਨਹੀਂ। ਮੇਰਾ ਮੌਲਾ ਫਰਮਾਇੰਦਾ, ਯਾ ਅਸਦੋ, ਮੇਰਾ ਖਿਆਲ ਹੈ ਅੱਜ ਸਵੇਰੇ ਮੇਰੇ ਬਿਰਾਵਾਂ ਕੁਰਸੀ ਰੰਗ ਕਰਾਈਏ। ਮੈਂ ਪੜ੍ਹ ਕੇ ਨਾ ਉਹਦੇ ਵਾਸਤੇ ਚਵਾ ਗਿਆ, ਮੇਰੇ ਹੱਥਾਂ 'ਤੇ ਲੱਗ ਗਏ, ਭਲੇ ਕੰਢ ਦਾ ਕਿਆ ਹਾਲ ਹੈ, ਕਬੜੀ ਗਏ ਹੋ, ਦੋ ਚਾਰ ਦੀ ਪਹਿਲੇ ਰੰਗ ਕਰਾਵਣੀ ਆਈ, ਆਉਣ ਬਚੜਾ ਜ਼ਹਿਨ ਬੁਲੰਦ ਕਰਾਏ। ਮੌਲਾ ਫਰਮਾਇੰਦੇ ਨੇ, ਯਾ ਅਸਦੋ ਸ਼ੇਰ, ਤੂੰ ਦੇਖ, ਅਜੀਬ ਦਾ ਮਾਨਾ ਕਰੇਂਦਾ ਪਿਆ, ਅਜੀਬ ਦਾ ਤੂੰ ਦੇਖਦਾ ਪਿਆ, ਇਹ ਨਾ ਮੁਰਾਦ, ਇਹ ਕਮੀਨੇ ਅੱਲਾਹ ਦੀ ਹੁਜ਼ਤ ਨੂੰ ਸ਼ਰਮਸਾਰ ਕਰਨ ਦੀ ਕੋਸ਼ਿਸ਼ ਪਏ ਕਰੇਂਦੇ। ਮਿੰਬਰ ਦੀ ਕਸਮ, ਜਿਹੜੇ ਐਡੀ ਵਾਲੇ ਬੈਠੇ ਹੋ, ਅਸਦ ਉਹਦੀ ਦਾਲ ਮੁੱਕੀਏ, ਉਹ ਧਾਗਿਆਂ ਵਾਲਾ ਸ਼ੇਰ ਨਹੀਂ ਰਿਹਾ। ਬੋਲੋ, ਅਸਲੀ ਸ਼ੇਰ ਬਣ ਕੇ ਮੇਰੇ ਮੌਲਾ ਦੇ ਕਦਮਾਂ 'ਚ ਆਏ, ਸਲਾਮ ਕੀਤਾ, ਸਲਾਮ ਦਾ ਜਵਾਬ ਮਿਲਿਆ, ਆਦੇ ਮੌਲਾ ਇਹਨਾਂ ਵਿੱਚੋਂ ਮੈਲਾ ਸ਼ਿਕਾਰ, ਲੁਤਫ ਲਵੈ ਲੁਤਫ, ਇਹਨਾਂ 'ਚੋਂ ਮੈਲਾ ਸ਼ਿਕਾਰ ਕੌਣ ਕੌਣ ਹੈ? ਮੌਲਾ ਫਰਮਾਇੰਦੇ ਨੇ, ਇੱਕ ਇਹ, ਦੋ ਇਹ, ਤ੍ਰੈ ਇਹ, ਸਲਾਸਾ ਤੇਰਾ ਸ਼ਿਕਾਰ ਹੈ। ਇਹਦੀ ਸਫਾਈ ਨਾਲ ਖਾਦਸ, ਹਾਜੀ ਸਾਹਿਬ, ਇਹਦੀ ਸਫਾਈ ਨਾਲ ਖਾਦਸ, ਜੋ ਉਹਨਾਂ ਦੇ ਖੂਨ ਦਾ ਨਜਸ ਖਤਰਾ
میرے امام تک نہیں گیا۔ یہ گل میرے دیکھ کے سننی وے، اشارے وچ لطف ہے، جلے کھا کے دسنا ادے مولا ہور مولا فرمائے نہیں، میرے امام وقت ان حد دا اشارہ کی۔ اوویں سے بادشاہ بے ہوش، اراکین ہواری بے ہوش، بادشاہ ماموں نے تلیاں ملیاں نے جا گئے، پہلا جملہ آ گئے شیر نہ پاوے۔ چلو ہی پاسے لے لے بیٹھے، سیر تو ہلاؤ بیٹھے، مفت مجلس نہ سنو بھائی۔ یا رسول اللہ، لازے تھی بہو بولنے والے آ ویسے ان شاء اللہ، ہاں میرے تو بولنے والے تسا ہو مولک والی حیاتی کرے غور ہے، سب کو تسا چنگے ہو بس، ہاں سب کوئی نہیں چاہیے، تھوڑی دعا ہوئے اصل جو ملک کی پڑھنا اتنا ہونے تو ودو تھل نہ ہو، ودو تھل نہ ہو، حسین دی اما دی کرم نوازی ہو وہ سب تو وڈی۔ جاگ دے بیٹھے ہو، ممبر دی قسم سادات مومنین بادشاہ دے شیر نہ پوے، انہاں کے وہ بادشاہ ہیں نا، اوئے جڑا کملی کڈے ہو کو تو بادشاہ ہے، انہاں کے وہ بادشاہ نا، اتھا شیر کینوں آیا؟ یا شیر پنجرن چے، یا شیر جنگلان چے، ایڈا محل وط اے کمرہ وط انہوں نمتلی فوج محافظ، اتھا شیر کنو آگا؟ انہاں کہے آئے لطف گننے بھائی روحانی لوگ آئے، انہاں کہے بادشاہ سبوئے تے کھڑے ہیں، اسلحہ چاہی کھڑے ہیں، شیر کی دے ہن سڑا ہے، بادشاہ دے جے شیر نہیں آیا اترائے کنتے گئے، اولیل عمر امام زمانہ سلطان العرب والعجم شاہ خراسان باب الحوائج اٹھواں امام مسکراندا بیٹھے۔ ہن سنا ایویں مولا تو ڈٹھے سر، مولا تو دیکھ کے دے ہیں سہی شیر آئے، مولا تبسم فرما کے دے آئے، کہیں کو لطف آسی تقریر میں بڑی اوکھی شروع کر گنا، شیر آئے مولا فرمائے آدھے آئین، مولا کی دے گی مولا فرمائے او کھڑا، چاگے نہیں میں اڑ دے پہ تک چاگے، غور ہے مولا فرمائیں کیا آخنے آخو تھی آخو ساگ مولا کہ اوکھڑ، ہوں جڑے آئمہ دی عزت عظمت شان نہیں منے دے وہ ایویں گال کریں دے جیویں مامون کیتی ہے، سنائے جڑے پاکاں دی عزت عظمت شان کو نہیں منے دے انہاں ایویں گال کیتی ہے جیویں ہن مامون کیتی ہے، انہاں کہ واہ سہی واہ، اتنا دھابی آلہ شیر وہ تم میں کو ایک میرے منن والے دوست انج آخ اج کل دی زبان ڈیکوریشن پیس تحفہ آن دتا ہے بھی میں لٹکا کھڑا ہے، یہ تو سائی ریشمی دھاگیاں دا بنا ہویا شیر ہے، میرا اٹھواں امام ادائیو ہائی ایک مثال بنی ہوئی ہے کہ لاتوں کے بھوت باتوں سے نہیں مانتے، ایمان ہی دا مانا جے کو نہیں آتا وہ اج سمجھ گنو، جے کو کھلے چھل کے منن دی عادت ہووے وہ گل نہ منے سی جے تئی کھلا نہ چلے سی، جڑے ڈو کھلے چھٹے نا پتہ سی ہاں ہاں ٹھیک آ جا کے
ہوں سمجھ آ گئے لاتوں کے بھوت باتوں سے یہ مانا ہی مطلب سکول پوچھے استاد تے کو اللہ اکبر ترے دفعہ میرے امام آخ لو تم کہنا ہے بھائی یہ ہے اس کے تھا گئے مطلب فرمایا یہ ہے مولا ریشمی دھاگا دی تو ہی گھن بیٹھا یار ریشمی دھاگیاں دی بنی ہوئی تصویر ایک ہی دے ہے میرا امام فرمائے دے مامون انظر الی الجدار ایک دفعہ تصویر دے پاسے دیکھ میں دیکھنا اس جتھے شیر دا سر بنے شیر دا وجود بنے شیر نے منہ کھولے شیر جمپ مارن دا ارادہ کیتا ہے مامون تاج لہا کے امام رضا دے قدمائن تے رکھے ادھائیں کو اوہیں دھا گیا اللہ شیر بنا میں من گیا تم بھی سچا ہے دادا دادا علی بھی سچا ہے غور ہے زمین تو 17 پوڑیاں اچا تخت آئی جہاں دے اوتے یزید بہ کے شراب بیٹھا پیندا ہے تے زمین دے اوتے کھڑی ہائی 9 زخمی بھرجائیاں کو نال لا کے میری عالیہ سین زینب کم از کم جتنے تھوڑی چھت کھڑی ہے نا آج بھی زائرین تھی ہیں شام چوں رستے کھلے ہوئے ضرور زیارت کربلا ایران عراق بجائے تو شام ضرور بجائے ہوں بھی قافلے جا رہے ہیں 25 اگست کو ایک بکھر چوں سید ممتاز حسین شاہ صاحب کا قافلہ شام وہدا پیا ہے ضرور شام بجائے بی بی زینب امام حسین کو آدھیے حسین جدا زوار زیارت کر کے نینا زوارا کو شامی بھیج دیا میں سارے خاندان تو دورا میں نانے تو دورا میں بابے تو دورا میں ماں تو دورا میں بھرا ہوں کوشش کرو کوشش کرو میری لکھ جان قربان ہو بنے شراب پیندا ہے شطرنج کھیڈدا ہے مسخرے مذاق کریندا ہے یہ خوش ہوندا ہے شیعہ بھول کے شراب نہ پیویں اگر کدی کہیں کل غلطی ہو گئی ہے مجلس حسین وچ بہ کے توبہ کر لے او غفور الرحیم ہے شراب نہ پیویں شراب دی وجہ تو جنت دے مالک دیاں تھیاں نو 9 گھنٹے کھڑو بنا ہے کی کر ہے زمانے میں کوئی دکھ لگا ہے وہ شیعہ کیسا ہے جب کوئی دکھ نہیں لگتا صدقے تھی ماں بی بی فضا پچھو بی بی زینب پچھو بی بی رقیہ پچھو میری سین کلثوم پچھو علی اکبر دی ماں لیلہ پچھو قاسم دی ماں ام فروہ پچھو اصغر دی ماں رباب پچھو فضل دی ماں لبابا بنت عبداللہ نال کھڑے 23-24 سالن ضعیف ہو ونجن والا امام گل وچ تو خطچ کڑیاں پیرچ بیڑیاں نال کھڑے 5-6 سالن دا باقر رومن والے پیو تے پتر دے درمیان کھڑیے 4 سالاں دی زخمی کرنا والے دی حسین دی پڑھا چا جی میں جملہ اجازت دیو سارے اجازت دیو یہ دو علماں دے درمیان کھڑا باوضو کھڑا جھوٹ مارنا ہی ممبر تے گناہ ہے آخا کر ذاکرین تے علماء کو جیویں مصائب کتب چھے ہوئے پڑھو اجازت منگی ہوں نا تہاڈے کولوں زمین والے پاسوں گنو تو 14 پوڑی انہوں گنو 14 پوڑی جتھا یزید بیٹھے اتھوں گنو تو 33 پوڑی
حضرت امام حسین دا سر تشتی چے سونے دے تھال وچ تے این ظالم دے تخت کولوں تیجی پوڑی تے پیا ہے سجے پاسے دیاں زلفاں کھبے کھبے پاسے دیاں سجے ریش جریت تے خون رلا ہویا ہن اوکھا جملہ سید ہو کے حد بدی کھنا ناراض نہ ہوئے ہے ضرور کرائے جن کو لک لگے اندے ہاتھ وچ خیزر آم دی چھڑی ہے جڑی چھڑی دا تلواں سر ہے اونڈے اوتے سیدوں تیو لوہے دا نکا جڑا نیزہ لگا ہویا ہے اون نیزے والی جگہ حسین دے لباں تے لیندا نہیں مریندا بیٹھا ہے واہ 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 چند ایک بندے رہ گئے ہاں 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 جڑے بسم اللہ کراں جڑے تریجی دفعہ چھڑی مارس نا تے تلویں لابے چوں نکلے خون زنجبار دی ملکہ بی بی فضا برداشت نہیں کر سکی عقل مار کے دیے یکن طلقا او ساڈی آزاد کردا دا بیٹا آزاد کردا دا بیٹا خبردار ترے دفعہ گستاخی کیتی وتے نہ لباں دے اوتے چھڑی نہ مارے کمی نہ میں نہ دے درد دی نوکراں میں نہ دے درد دی کنیزاں میں دے دی رہی ہاں انہاں لباں نو محمد جملا انہاں لب بسم اللہ انہاں لباں نو علی جملا میں لگ دبا میں لگ دبا میں لگ دبا انہاں لباں نو زہرا جملے آئی ایندا ہاتھ روکی ہے اوکھا وین سفیر روم سفیر روم ایندا نام میں کتب وچ پڑھے جا سلیق سے نام غیر ملکی منگوائے ہوئے ہیں اپنی صفائی دے من کیتے مشہوری ہو گئی ہے بھائی اپنے نبی دا پتر مار چھوڑے جا سلیق سفیر روم حضرت داؤد نبی دی سترویں پشتی جو زبور دا عالم حضرت داؤد تے زبور کتاب نازل ہوئی ہے نا او دا عالم یہ اپنی جگہ تو اٹھا ہے میں نے لکھا ہے یہ میں حد ودا کیا دا شرابی کتواں گھنٹے میں لیتا پیا اوکھا جملہ ہے آواز اندر ایک قیدی تا تھک پہ واہ واہ جب کو سمجھ آئیے وہ ہے کی میں لگ رہا میں نہیں آگا ایک قیدی تا تھک پہن آواز آدھے تے کو کہیں جو سائے تھک پہن آدھے بنا قیدیاں دے تا پتا کوئی نہیں تے جڑے دو مرد قیدی کھڑے نا ایک رت کھڑا روندا ہے ایک نال بچہ قید ہے آکھا جملہ آواز آدھے کتواں گھنٹے میں دے تھا بیٹھا جڑی نہ دے درمیان زخمی کرنا والی بچی کھڑی ہے نا وہ کہیں جو سجا پیر چاہیں دیئے کہیں ویلے کبا پیر چاہیں دیئے اندیا کھڑیاں حالا کیا دے سجاد میں تھک پہیا یہ فن نہیں یار غم میں یہ درد ہے میں حقیر فقیر نو تو تواڈے وچ 35 40 سال ہو گئے پڑھدے ہاں مگر ذکر حسین ہر ویلے تازہ ہے ہر ویلے نویں سن سو جملہ ادے جلدی کرو کربلا دے قیدیاں دی فہرست پڑھو ایک ایک دفعہ نام حسین دا اگو تساں پڑھنا ہے کئی کئی واری نام آکھو بی بی عالیہ حسین زینب دا شیاں کی تیو ہی کافی ہے ظالم دے اس وقت مصر پڑھنے والا چپ کر خاموش ہو گئے ادے جلدی کرو منو دسو عمر بن سعد تو نیڑے آ جے بھین دا پھرا نال اے دا پیار ہے او مر گئی ہے کر کر انہاں کر ہے زمانے میں شیعہ میں کو دکھ لگا ہے اونے منہ چ نکل دیا جے کو دکھ لگے ہوے شیعہ تے علی دیاں دھیاں دے دکھ جائے نہ کرے شیعہ کیسا ہے کربلا رہ گئی نہیں یزید آدھا مدینے چلی گئی نہیں این کدھے گئی پڑھا چا آواز آدھے جڑی وہ بولی ہے نا ضعیفہ یہ انہیں بولی ہے کو اکر سے نمار یہ ایدی کانڈ دا اولا بھی دی
ਦੀ ਬੜੀ ਇੱਜ਼ਤ ਕੀਤੀ ਕਰੋ ਸ਼ੀਆ ਓ ਸੈਦ ਫਿਜ਼ਾ ਦੀ ਬੜੀ ਇੱਜ਼ਤ ਕੀਤੀ ਕਰ ਨੌ ਘੰਟੇ ਜਾਂ ਸੱਤ ਘੰਟੇ ਜੋ ਦਰਬਾਰ ਵਿੱਚ ਪੇਸ਼ੀ ਸੀ ਆਜ਼ਾਦੀਆਂ ਦੀ ਥਈਏ ਬੀਬੀਆਂ ਪੇਰ ਬਦਲੈਂਦੀਆਂ ਰਹੀਆਂ ਵਾਹ 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 ਬੜੇ ਮਾਰਫਤ ਵਾਲੇ ਹੋ ਯਾਰ ਬੀਬੀਆਂ ਪੇਰ ਬਦਲੈਂਦੀਆਂ ਰਹੀਆਂ ਫਿਜ਼ਾ ਪੇਰ ਨਹੀਂ ਬਦਲਾਇਆ ਮੱਟਾ ਕਹਿ ਸ਼ਰਾਬੀ ਦੀ ਨਿਗਾਹ ਬੀਬੀ ਜ਼ੈਨਬ ਦੇ ਕਦਮਾਂ ਤੇ ਪਏ ਹੋਏ ਬੜੀ ਮਕਬੂਲ ਮਜਲਿਸ ਅਲਹਮਦੁਲਿਲਾ 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 ਮੇਰੀ ਮੁਕਾਨ ਹੋ ਗਈ ਇੱਕ ਵੈਣ ਪੜ੍ਹਨਾ ਚਾਹੁੰਦਾ ਆਉ ਰਲ ਕੇ ਰੋਵੀਏ ਗੁਨਾਹ ਮਾਫ਼ ਹੁੰਦੇ ਹਨ ਤਕਲੀਫਾਂ ਦੂਰ ਹੁੰਦੀਆਂ ਰੋ ਕੇ ਦੁਆ ਮੰਗ ਲਈ ਕਰ ਆਪਣੇ ਦਿਲ ਦੇ ਵਿੱਚ ਸ਼ਹਿਦ ਹੁੰਦੀਓ ਡਾਇਰੈਕਟ ਫਿਜ਼ਾ ਤੋਂ ਡੇਕ ਕਹਿ ਦੇ ਯਾ ਅਯਤ ਹਲ ਅਜੂਜ਼ਤ ਉਲ ਬਾਕੀਆ ਔਰ ਰੋਣ ਵਾਲੀ ਜ਼ੈਫਾ ਮੇਰੇ ਦਰਬਾਰ ਵਿੱਚ ਪਰਦੇ ਦੀ ਜ਼ਰੂਰਤ ਨਹੀਂ ਸੁਣੀ ਮਿੰਬਰ ਦੀ ਕਸਮ ਹੈ ਨੂਨ ਵਾਂਗੂ ਚੁੱਕੀ ਹੋਈ ਕਮਰ ਮਿਸਲ ਅਲਫ ਦੇ ਸਿੱਧੀ ਤੀਜੀ ਝਟਕਾ ਦੇ ਕੇ ਸੁਫੈਦ ਵਾਲ ਮੂੰਹ ਤੋਂ ਹਟਾਏ ਨੇ ਅਕਲ ਮਾਰ ਕਹਿ ਦੇ ਸ਼ਰਾਬੀ ਕਮੀਨਾ ਹੁਣ ਬਕਵਾਸ ਕੀਤੀ ਗਈ ਵੱਧ ਬਕਵਾਸ ਨਾ ਕਰੇ ਤੈਨੂੰ ਕਿ ਖਬਰ ਮਿਲੀ ਕੰਢ ਵਿੱਚੋਂ ਕੌਣ ਕਰੇ ਇਹ ਤਾਂ ਪਿਓ ਦੇ ਸਾਹਮਣੇ ਲਈ ਆਦੀ ਇਹ ਤਾਂ ਨਾਨੇ ਦੇ ਰੋਦੇ ਦੇ ਅਧਰਾ ਤੇ ਲਵੇਂਦੀ ਆਈ ਇਹ ਤਾਂ ਜੰਨਤ ਉਲ ਬਕੀ ਵਾਹ 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 ਇਹ ਹੱਕ ਸ਼ਰੀਫਾਂ ਨੂੰ ਮਕਾਨ ਦੇ ਮਿਲਦਾ ਮੈਂ ਲੱਗਦਾ ਵਾਪਸ ਮੈਂ ਨਿਆਜ਼ ਮੰਗਦਾ ਖਬਰਦਾਰ ਆਵਾਜ਼ਾਂ ਦੇ ਨਹਟ ਸੇ ਆਦੀਏ ਮਰ ਵਜਾਂ ਤਾਂ ਹੱਟਾਂ ਸ਼ਾਮ ਵਜੋ ਨਾ ਮੇਰੋ ਲਿਖਾ ਹੈ ਬਹੁਤ ਬੜਾ ਅਮਲ ਕਰ ਰਹੇ ਹੋ ਤਾਰ ਨਾ ਟੁੱਟੇ ਸ਼ਾਮ ਵਜੋ ਨਾ ਮੁਲਕ ਨੂੰ ਲੈ ਵਜੇ ਤਾਂ ਬੀਬੀ ਫਿਜ਼ਾ ਦੀ ਮਜ਼ਾਰ ਅਕਸਰ ਬੰਦ ਹੁੰਦੀ ਹੈ ਮਗਰ ਉਹ ਨਾ ਮੁਰਾਦ ਨਾਲ ਬੈਠਾ ਆਉਂਦਾ ਹੈ ਉਹ ਕੋ ਪਾਕਿਸਤਾਨੀ 400-500 ਡਿਓ ਚਾਹੁੰਦਾ ਵਧੋ ਦਰਵਾਜ਼ਾ ਖੋਲ ਦਿੰਦੇ ਜਿਹੜੇ ਸੈਦ ਹੋ ਨਾ ਸੈਦ ਉਮਤੀ ਤਾਂ ਵੈਸੇ ਨਾ ਤੁਸਾਂ ਸੈਦਾਂ ਨੂੰ ਮੈਂ ਸੈਦ ਦੀ ਅਪੀਲ ਹੈ ਬੀਬੀ ਫਿਜ਼ਾ ਦੀ ਕਬਰ ਦੀ ਪਵਾਂਦੀ ਗੋਸ਼ਾ ਦੇ ਕੇ ਅਗਾਏ ਫਿਜ਼ਾ ਅਸਾਂ ਸੈਦ ਤੇਰੇ ਮਮਨੂਨ ਤੈਂ ਸਾਡੀ ਡਾਲੀ ਬਿਸਮਿਲਲਾ ਫਿਜ਼ਾ ਤੈਂ ਸਾਡੀਆਂ ਡਾਲੀਆਂ ਦੀ ਹਰ ਜਗ੍ਹਾ ਹਿਫਾਜ਼ਤ ਹੁਣ ਫਿਜ਼ਾ ਦਾ ਜੁਮਲਾ ਮੈਂ ਸੈਦ ਲੁਕਾਵਣਾ ਨਹੀਂ ਚਾਹੁੰਦਾ ਤੁਸਾਂ ਇਜਾਜ਼ਤ ਦਿਵਾਏ ਮਿੰਬਰ ਦੀ ਕਸਮ ਜ਼ਾਲਿਮਾਂ ਦੇ ਤਾਜ਼ੀਆਨੇ ਮਾਰ ਕੇ ਹਟਾਓ ਚਾਰ ਤਾਜ਼ੀਆਨੇ ਚਾਰ ਤਾਜ਼ੀਆਨੇ ਬੀਬੀ ਜ਼ੈਨਬ ਦੀ ਮੂੰਹ ਛੱਡੀ ਮਾਂ ਦੇ ਹੱਥਾਂ ਤੇ ਲੱਗੇ ਸਾਲਾ ਹੈ ਨਹੀਂ ਕੀਤੇ ਅਜੇ ਦਫਾ ਮੇਰੀ ਮਨੋ ਸਾਰਿਆ ਕੋ ਹਾਏ ਫਿਜ਼ਾ ਜਿਹੜੇ ਚੌਥਾ ਤਾਜ਼ੀਆਨਾ ਲੱਗੇ ਨਾ ਇਹ ਆਮ ਬੀਬੀ ਨਹੀਂ ਇਹ ਮਲਕ ਹੈ ਜਿਹੜੇ ਚੌਥਾ ਤਾਜ਼ੀਆਨਾ ਲੱਗੇ ਨਾ ਅਤੇ ਫਿਜ਼ਾ ਦੇ ਹੱਥ 'ਚੋਂ ਨਿਕਲੇ ਖੂਨ ਡੁੱਖਾ ਵੈਣ ਅਤੇ ਬੀਬੀ ਡਿੱਠੇ ਖੂਨ ਨਿਕਲਦਾ ਮਾਂ ਦੇ ਹੱਥ 'ਚੋਂ ਫਿਜ਼ਾ ਦੀ ਕੰਢ 'ਤੇ ਸਹਿਣ ਮੱਥਾ ਮਾਰੇ ਅਤੇ ਬੀਬੀਆਂ ਦੀਆਂ ਮਾਂ ਛੋੜ ਦੇ ਮੈਲਾ ਪੜਦਾ ਹੈਦਰਾਬਾਦ ਵਾਲਿਓ ਮੇਰੇ 'ਤੇ ਸਵਾਲ ਕਰੋ ਤੁਹਾਡਾ ਹੱਕ ਬਣਦਾ ਯਾਵਾ ਸਾਹਿਬ ਮੱਥਾ ਜੋ ਮਾਰਸ ਮੋਢਾ ਹੱਥ ਨਾਲ ਕਿਉਂ ਨਹੀਂ ਸੀ ਹਲਾਇਆ ਹੱਥ ਬੀਬੀ ਦੇ ਪਾ ਵੰਗ ਬੀਬੀ ਜ਼ੈਨਬ ਤੋਂ ਦੇਖਿਆ ਦੀ ਯਾ ਬਿੰਤਾ ਫਾਤਿਮਤ ਜ਼ਹਰਾ ਉਹ ਧੀ ਬਤੂਲ ਦੇ ਇਜਾਜ਼ਤ ਦੇਵੇ ਮੈਂ ਫਰਦੀਆਂ ਸ਼ਾਲਾ ਇਹੋ ਜਿਹੇ ਵੇਲੇ ਕੋਈ ਕਹਿੰਦਾ ਹੋ ਜੇ ਰੋਣੀ ਹੈ ਸਹਿਜਾਂ ਦੀ ਕਰੀ ਇਵੇਂ ਕੁਰਸੀਆਂ ਤੇ ਬਾਵਣ ਵਾਲਾ ਡੁੱਠਸ ਹਕਲ ਮਾਰ ਕੇ ਆ ਦਿਓ ਕੁਰਸੀਆਂ ਤੇ ਬਾਵਣ ਵਾਲੇ ਤੁਹਾਡੇ ਵਿੱਚ ਕੋਈ ਹਬਸ਼ੀ ਹੈ ਜੇ ਕੋਈ ਸ਼ਰਮ ਆਵੇ ਨਾ ਰੋਵੇ ਚਾਰ ਹਜ਼ਾਰ ਹਬਸ਼ੀ ਹੋ ਜਵਾਨੋ ਬਜ਼ੁਰਗੋ ਤਲਵਾਰ ਅੰਤ ਮੈਂ ਲਗਦਵਾ
ਤਲਵਾਰਾਂ ਤੇ ਹੱਥ ਰੱਖ ਕੇ ਫਿੱਦਾ ਦੇ ਸਾਹਮਣੇ ਆ ਗਏ। ਹਕਲ ਮਾਰ ਪਿਆਜਨ ਕੌਣ ਸ਼ਰਾਬੀ ਦੇ ਦਰਬਾਰ ਚ ਹਬਸ਼ੀਆਂ ਨੂੰ ਬੁਲਾਵਣ ਵਾਲੀ ਫਿੱਦਾ ਦੇ ਮੈਂ ਬੁਲਾਏ ਕਿੱਥੋਂ ਦੇ ਵਸਦੇ ਹੋ ਜ਼ੰਜਬਾਰ ਤੁਹਾਡੇ ਬਾਦਸ਼ਾਹ ਦਾ ਨਾਮ ਅਸ਼ਕਬੋਸ ਮਰ ਗਏ ਜਾਂ ਜ਼ਿੰਦਾ ਮੁੱਦਤ ਹੋ ਗਈ ਮਰ ਗਏ ਕੌਣ ਹਕੂਮਤ ਪਿਆ ਕਰੇਂਦਾ ਰੋ ਕੇ ਆਦਨ ਹੈ ਤੀ ਹਸ ਸ਼ਾਬਾਸ਼ ਹੁਣ ਹੈ ਕੀਤੀ ਸਾਰੇ ਹੇਬ ਧੀ ਹਸ ਜਿਹਦਾ ਨਾਮ ਮਹਿਮੂਨਾ ਹੈ ਫਿਜ਼ਾ ਦਾ ਸਨਾ ਮਹਿਮੂਨਾ ਹੈ ਨਾ ਮਹਿਮੂਨਾ ਹਸ ਪਿਓ ਤੋਂ ਬਾਅਦ ਤਾਜ ਪਵਾ ਕੇ ਮਲਕਾ ਬਣਾ ਕੇ ਉਹ ਤਖ਼ਤ ਬਣਾਇਆ ਸੀ ਮਤ ਮਰਦਾਂ ਦੀ ਕੌਂਸਲ ਬਣਾ ਕੇ ਤਖ਼ਤ ਤਾਜ ਉਹਨਾਂ ਦੇ ਹਵਾਲੇ ਕਰਕੇ ਹਕਲ ਮਾਰ ਕੇ ਆਦਿਆਂ ਆ ਝਾੜੂ ਦੇਂਦੀ ਏ ਚੱਕੀਆਂ ਚਲਾਈਂਦੀ ਏ ਬੱਚੇ ਖਿਡਾਈਂਦੀ ਏ ਵਹਿਣ ਸੁਣੀ ਉਹ ਕੋਈ ਏਡੇ ਸ਼ਰੀਫ ਨੌਕਰ ਨਹੀਂ ਦਰਬਾਰ ਚ ਮਿਲ ਵਜੇ ਸੁਜਾਨ ਗਿਨਸੋ ਤਲਵਾਰਾਂ ਬੁਲੰਦ ਹੋਈਆਂ ਆਵਾਜ਼ਾਂ ਦੇ ਕੈਦਨ ਨਾ ਹੋਵੇ ਅੱਲਾ ਬੇਨਿਆਲੇ ਚਿੱਟਾ ਸਰ ਨਾ ਹੋਈਆ ਇਸੇ ਗੱਲ ਦਾ ਬਦਲਾ ਲਵਿਆ ਪੂਜਾ ਸ਼ਰਾਬੀ ਦਾ ਦਰਬਾਰ ਇਹ ਨਵੇਂ ਦਾ ਸ਼ਰੀਰ ਸਾਨੂੰ ਤੇ ਪੂਜਾ ਸ਼ਹੀਦ ਵਿਖਾਣੇ ਤਲਵਾਰ ਬੁਲੰਦ ਕਰਕੇ ਸਾਹਮਣੇ ਆ ਗਏ ਹਕਲ ਮਾਰ ਕੇ ਦੇ ਜੇ ਸਾਜੀ ਮਲਕ ਹੈ ਜੇ ਅਸ਼ਕਬੂਸ ਦਿੱਤੀ ਹੈ ਸਰ ਝੁਕਾ ਮੈਂ ਤੇ ਕੋ ਕਤਲ ਕਰੇ ਨਾ ਆਵਾਜ਼ਾਂ ਦੇ ਮੈਂ ਜਾ ਜੁਰਮ ਰੋ ਕੇ ਆਦੇ ਮਦੀਨੇ ਵਾਲੇ ਸ਼ਹਿਦਾਂ ਦੀ ਨੌਕਰੀ ਨਾ ਛੋੜਿਆ ਅੱਜ ਰੱਸੀਆਂ ਪਾ ਕੇ ਦਰਬਾਰ ਜਨਾ ਆਵਾਜ਼ਾਂ ਦੇ ਅੱਖੀ ਬੰਦ ਕਰ ਓ ਕੱਲੀ ਨਾ ਓ ਸੈਨਬਾਈ ਅਲੀ ਦੀਆਂ ਧੀਆਂ ਰਸੀਆਂ ਪਾ ਕੇ ਦਰਬਾਰ ਅੱਛਾ ਅੱਛਾ ਮੈਂ ਪੜ੍ਹ ਦੇਣਾ ਮੈਂ ਪੜ੍ਹ ਦੇਣਾ ਮੈਂ ਪੜ੍ਹ ਦੇਣਾ ਮਜ਼ਮੂਨ ਨਹੀਂ ਅੱਧੇ ਘੰਟੇ ਦਾ ਮਜ਼ਮੂਨ ਲੱਗਾ ਉਹ ਨਹੀਂ ਇੱਥੇ ਤੁਹਾਡੀ ਮੁਹੱਬਤ ਤੁਸਾਂ ਭਲਾ ਹੈ ਇੱਥੇ ਇੱਕ ਵੈਣ ਪੜ੍ਹ ਲੈਂਦਾ 100 ਸਾਲ ਪੁਰਾਣਾ ਬਜ਼ੁਰਗਾਂ ਦਾ ਵੈਣ ਯਜ਼ੀਦ ਦੇ ਸਜਾਦ ਔਖਾ ਵੈਣ ਹੈ ਕੋਈ ਅੱਖਾਂ ਦੀ ਨਾ ਜਾ ਸੀ ਜੀ ਆਵਾਜ਼ਾਂ ਦੇ ਫੁੱਫੀ ਕੋਲੋਂ ਪੁੱਛਦੇ ਕਰਬਲਾ ਤੋਂ ਗਿਣ ਕੇ ਇਸ ਜਗ੍ਹਾ ਤੇ ਜ਼ਿਆਦਾ ਤਕਲੀਫ ਕਿੱਥੇ ਹੋਈ ਮੇਰਾ ਮਾਰੇ ਨੇ ਸਪੁੱਤਰ ਮਾਰੇ ਨੇ ਬੱਤਰੀ ਜੇ ਮਾਰੇ ਨੇ ਸੁਭਣੇ ਜੇ ਮਾਰੇ ਗਏ ਦਰਬਾਰਾਂ ਬਜ਼ਾਰਾਂ ਚਾਹੀਏ ਜ਼ਿਆਦਾ ਤਕਲੀਫ ਕਿੱਥਾ ਹੋਈਏ ਮੇਰਾ ਇਮਾਮ ਦੇ ਖੁਫੀਆਂ ਮਾ ਇਮਤਿਹਾਨ ਦਾ ਵੇਲੇ ਦੱਸਾਂ ਪੁੱਛਦਾ ਜ਼ਾਲਮ ਜ਼ਿਆਦਾ ਤਕਲੀਫ ਗੈਰਤਮੰਦਾਂ ਸ਼ਰੀਫਾਂ 'ਚ ਪੜ ਰਿਹਾ ਕਿੱਥਾ ਹੋਈਏ ਮੇਰੀ ਸੈਨਾ ਦੇ ਤੇਰੀ ਇਜਾਜ਼ਤ ਹੋਵੇ ਤਾਂ ਭਰੇ ਦਰਬਾਰ 'ਚ ਦੱਸਾਂ ਹਾਂ ਮਾਂ ਦੱਸਾਂ ਬੀਬੀ ਹਕਲ ਮਾਰ ਕੇ ਆਂਦੀ ਆ
ਗਿਆ ਬਾਬਾ ਜਗ ਤੋਂ ਲੋਂਦਾ।